पंजाब पुलिस के DGP गौरव यादव ने देर रात लुधियाना का दौरा किया है। इस मौके उन्होंने कई थाणियां दे विच चैकिंग की है। अजिहे दे विच पुलिस दे वल्लों शेरपुर चौंक समेत वख-वख थावां ते विशेष नाकाबंदी की हुई सी ते शक्की वाहनों की चैकिंग की जा रही सी। तां DGP गौरव यादव अचानक लुधियाना पहुंचे, उन्होंने वख-वख थाणियां दे विच चैकिंग की है। DCP लुधियाना देहाती जसकिरनजीत सिंह तेजा ने दस्सिया है कि त्यौहारां दे मद्देनज़र पंजाब दे DGP गौरव यादव ने मुख तौर ते शहर दा अचानक दौरा किया है। उन्होंने इस दौरान पुलिस स्टेशनां दी चैकिंग भी की है, हालांकि उन्होंने किसी विशेष अलर्ट तो इनकार नहीं किया है। जिहड़े मानयोग DGP साहब वल्लों नाइट डोमीनेशन जिहड़ा पैन पंजाब च हैगा तां उह साडे चल रहे आ, उह साडी जिहड़ियां रूटीन दीआं ड्यूटियां असीं उह कर रहे आ। सर DGP पंजाब लुधियाना दे विच सीगे थोड़ी देर पहलां। DGP साहब साडे हुणे चैकिंग करके गए, उन्होंने कुछ साडे नाके भी चैक किए ते प्लस उन्होंने सानेवाल थाणा भी विजिट किया सी, ਤਾਂ ਹੋਰ ਮੁਲਾਜ਼ਮਾਂ ਦੇ ਨਾਲ ਅਟਰੈਕਸ਼ਨ ਵੀ ਕੀਤੀ। ਸਰ ਦੀਵਾਲੀ ਦਾ ਤਿਉਹਾਰ ਵੀ ਨੇੜੇ ਹੈਗਾ, ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਕੀਤਾ ਗਿਆ ਪੂਰੇ ਪੰਜਾਬ ਵਿੱਚ? ਬਿਲਕੁਲ, ਫੈਸਟੀਵਲਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਬਿਲਕੁਲ, ਸਾਡੇ ਮਾਨਯੋਗ CP ਸਾਹਿਬ ਨੇ ਜਿਹੜੀ ਸਾਡੀ ਮੈਕਸੀਮਮ ਫੋਰਸ ਹੈ ਉਹ ਅਸੀਂ ਡਿਪਲੋਏ ਕੀਤੀ ਹੈ, ਅਤੇ ਸਾਡੀ ਜਿਹੜੀ ਰਾਤ ਦੇ ਵੇਲੇ ਵੀ 24/7 ਜਿਹੜੀ ਹੈ ਚੈਕਿੰਗ, ਪੈਟਰੋਲਿੰਗ, ਗਸ਼ਤ ਉਹ ਸਾਰੀਆਂ ਕੰਟੀਨਿਊ ਚੱਲ। ਸਰ ਕਿਸੇ ਤਰ੍ਹਾਂ ਦਾ ਕੋਈ ਅਲਰਟ, ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ, ਹਰ ਤਰ੍ਹਾਂ ਦਾ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਕਸ ਓਪਰੇਸ਼ਨ ਵੀ ਹੋਏ ਆ, ਜਿਹਦੇ ਵਿੱਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਰ ਜਿਹੜੇ ਮਾੜੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਏਰੀਆ ਦੀਆਂ ਸਰਚ ਹੋਈਆਂ, ਤਾਂ ਉੱਥੇ ਬਕਾਇਦਾ ਕੁਛ ਬੰਦੇ ਅਰੈਸਟ ਵੀ ਕੀਤੇ, ਜਿਹਨਾਂ ਦੇ ਮੁਕੱਦਮਾ ਵੀ ਦਰਜ ਕੀਤਾ। ਅਤੇ ਇਹ ਚੈਕਿੰਗ ਅਤੇ ਸਾਰਾ ਚੀਜ਼ਾਂ ਜਿਹੜੀਆਂ ਫੈਸਟੀਵਲਸ ਔਰ ਸਾਰੇ ਇਹਦੇ ਮੱਦੇਨਜ਼ਰ ਰੱਖਦੇ ਹੋਏ ਆ ਮਾਨਯੋਗ DGP ਪੰਜਾਬ ਅਤੇ ਸਾਡੇ CP ਚਹਿਲ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਮੁਤਾਬਕ ਕਮਿਸ਼ਨਰੇਟ 'ਚ ਚੱਲ ਰਿਹਾ। ਕੋਈ ਅਲਰਟ ਕੀਤਾ ਗਿਆ ਕੁਛ ਪੰਜਾਬ 'ਚ, ਕੁਛ ਖੁਫੀਆ ਕੋਈ ਜਾਣਕਾਰੀ ਦਿੱਤੀ ਹੋਵੇ? ਦੇਖੋ, ਇਹ ਟਾਈਮ ਟੂ ਟਾਈਮ ਜਿਹੜੀਆਂ ਗੱਲਾਂ ਹੁੰਦੀਆਂ ਉਹ ਤਾਂ ਸਾਡੀ ਡਿਪਾਰਟਮੈਂਟਲੀ ਹੁੰਦੀਆਂ, ਪਰ ਅਦਰਵਾਈਜ਼ ਸਾਡੀਆਂ ਜਿਹੜੀਆਂ ਜਿਵੇਂ ਦੇ ਸਰਕਮਸਟਾਂਸਿਸ ਹੈ, ਜਿਵੇਂ ਦੇ ਤਿਉਹਾਰ ਹੈ, ਫੈਸਟੀਵਲਸ ਹੈ, ਲੋਕਾਂ ਦੀ ਮੂਵਮੈਂਟ ਜ਼ਿਆਦਾ, ਉਸ ਮੁਤਾਬਿਕ ਸਾਡੀ ਜਿਹੜੀ ਫੋਰਸ ਆ ਉਹ ਬਾਹਰ ਡਿਪਲੋਏ ਕਰਕੇ ਉਹਨਾਂ ਦੀ ਡਿਊਟੀ ਲਈ। DGP ਸਾਹਿਬ ਨੇ ਕਿੱਥੇ ਕਿੱਥੇ ਅੱਜ ਜਿਹੜੀ ਚੈਕਿੰਗ ਕੀਤੀ? ਮਾਨਯੋਗ DGP ਸਾਹਿਬ ਨੇ ਸਾਡੇ CP ਸਾਹਿਬ ਦੇ ਨਾਲ ਸਾਨੇਵਾਲ ਜਿਹੜਾ ਥਾਣਾ ਵਿਜ਼ਿਟ ਕੀਤਾ, ਉੱਥੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ, ਥਾਣੇ ਦਾ ਸਾਰਾ ਦੇਖਿਆ, ਪਲੱਸ ਉਹ ਤੋਂ ਬਾਅਦ ਸਾਨੇਵਾਲ ਜਿਹੜਾ ਸਮਰਾਲਾ ਚੌਂਕ ਦੇ ਵਿੱਚ ਨਾਕਾ ਸੀ ਉੱਥੇ ਲੋਕਾਂ ਨਾਲ ਵੀ ਗੱਲ ਕੀਤੀ ਅਤੇ ਮੁਲਾਜ਼ਮਾਂ ਨੂੰ ਵੀ ਦੇਖਿਆ ਔਰ ਮੁਲਾਜ਼ਮਾਂ ਨੂੰ ਬਰੀਫ ਵੀ ਕੀਤਾ ਔਰ ਮੁਲਾਜ਼ਮਾਂ ਨੂੰ ਉਹਨਾਂ ਦੀ ਡਿਊਟੀ ਬਾਰੇ ਵੀ ਜੋ ਉਹ ਸਵਾਲ ਜਵਾਬ ਕੀਤੇ ਅਤੇ ਉਹਨਾਂ ਨੂੰ ਡਿਊਟੀ ਬਾਰੇ ਪੁੱਛਿਆ। ਸਰ ਪਬਲਿਕ ਲਈ ਵੀ ਕੋਈ ਸੰਦੇਸ਼ ਕੁਝ ਪੰਜਾਬ ਪੁਲਿਸ ਵੱਲੋਂ ਕੁਝ? ਦੇਖੋ, ਅਸੀਂ ਸਦਾ ਪਬਲਿਕ ਦੇ ਨਾਲ ਹਾਂ, ਕੋਈ ਵੀ ਮਾੜਾ ਅਨਸਰ ਜਾਂ ਮਾੜਾ ਵਿਅਕਤੀ ਉਹਨਾਂ ਦੀ ਨਜ਼ਰ 'ਚ ਆਉਂਦਾ ਹੈ ਕੋਈ ਮਾੜੀ ਚੀਜ਼ ਤਾਂ ਇਮੀਡੀਏਟਲੀ ਕੰਸਰਨ ਜਿਹੜਾ ਨੀਅਰੈਸਟ ਪੁਲਿਸ ਸਟੇਸ਼ਨ ਨੂੰ ਇਤਲਾਹ ਦਿਓ ਅਤੇ ਜਿਹਦੇ ਉੱਤੇ ਇਮੀਡੀਏਟਲੀ ਕਾਰਵਾਈ ਹੋ ਸਕੇ।